ਯੋਗ ਮਾਪਿਓ ਅਤੇ ਪਿਆਰੇ ਬੱਚੋ, ਕੱਲ੍ਹ ਅਸੀਂ ਆਈ ਨਾਲ ਬਾਵਲ ਨਾਲ ਬਣਨ ਵਾਲੇ ਸ਼ਬਦ ਪੜ੍ਹੇ ਸਨ। ਅੱਜ ਅਸੀਂ ਉਹਨਾਂ ਸ਼ਬਦਾਂ ਦੇ ਮੀਨਿੰਗ ਸਮਝਦੇ ਹੋਏ ਉਹਨਾਂ ਨੂੰ ਮੈਚਿੰਗ ਕਰਨਾ ਹੈ, ਮਿਲਾਉਣਾ ਹੈ। ਹੁਣ ਅਸੀਂ ਕੀ ਕਰਨਾ ਹੈ, ਦੇਖਣਾ ਹੈ ਕਿ ਕਿੱਡ ਕਿੱਡ ਮਣੇ ਬੱਚਾ ਹੁੰਦਾ ਹੈ, ਛੋਟਾ ਬੱਚੇ ਨੂੰ ਕਿੱਡ ਆਖਦੇ ਹਾਂ। ਇਸ ਕਰਕੇ ਇਹਨੂੰ ਅਸੀਂ ਮਿਲਾਉਣਾ ਹੈ ਪਿਕਚਰ ਨਾਲ। ਤਾਂ ਆਪਣੇ ਕੋਲ ਦੇਖਦੇ ਹਾਂ ਕਿ ਜੋ ਇਹ ਬੱਚਾ ਹੈ, ਬੇਬੀ ਪਿਆ ਹੈ, ਇਹ ਕਿੱਡ ਹੈ, ਕਿੱਡ ਨੂੰ ਮਿਲਾ ਦਿੱਤਾ ਹੈ ਅਸੀਂ। ਇਸ ਤਰੀਕੇ ਨਾਲ ਜਿਪ, ਜਿਪ ਨੂੰ ਅਸੀਂ ਜਿਪ ਨਾਲ ਮਿਲਾ ਦਿੱਤਾ ਹੈ। ਇਸ ਤਰ੍ਹਾਂ ਹੀ ਡਿਪ, ਡਿਪ ਮੈਨੂੰ ਡਬੋਣਾ ਹੁੰਦਾ ਹੈ, ਤਾਂ ਅਸੀਂ ਇਹ ਵਾਲਾ ਬਿਸਕੁਟ ਚਾਹ ਵਿੱਚ ਡਬੋ ਰਹੇ ਹਾਂ, ਤਾਂ ਇਹਨੂੰ ਅਸੀਂ ਡਿਪ ਨਾਲ ਮਿਲਾ ਦਿੱਤਾ ਹੈ। ਫਿੱਗ, ਫਿੱਗ ਮੈਨੇ ਅੰਜੀਰ ਹੁੰਦੀ ਹੈ, ਤਾਂ ਫਿੱਗ ਨੂੰ ਅਸੀਂ ਫਿੱਗ ਨਾਲ ਮਿਲਾ ਦੇਣਾ ਹੈ। ਆ ਨੀਚੇ ਅੰਜੀਰ ਪਈ ਹੈ, ਫਲ ਹੈ ਇੱਕ ਤਰ੍ਹਾਂ ਦਾ। ਟਿੰਨ, ਟੀਨ ਦਾ ਡੱਬੇ ਨੂੰ ਟਿੰਨ ਕਹਿੰਦੇ ਹਨ, ਜਿਵੇਂ ਕਿ ਸੋਡੇ ਵਾਲਾ ਟਿੰਨ ਹੁੰਦਾ ਹੈ, ਉਹਨੂੰ ਅਸੀਂ ਟਿੰਨ ਨਾਲ ਮਿਲਾ ਦੇਣਾ ਹੈ। ਬਿੰਨ, ਡਸਟਬਿਨ ਨੂੰ ਕਹਿ ਆਖਦੇ ਹਨ, ਇਸ ਨੂੰ ਅਸੀਂ ਬਿੰਨ ਨਾਲ ਮਿਲਾ ਦੇਣਾ ਹੈ, ਡਸਟਬਿਨ ਨਾਲ ਮਿਲ ਗਿਆ ਹੈ। ਸਿਕਸ, ਛੇ ਨਾਲ ਮਿਲ ਜਾਏਗਾ। ਪਿੱਟ, ਪਿੱਟ ਟੋਆ ਹੁੰਦਾ ਹੈ, ਟੋਆ ਪੁੱਟ ਨੂੰ ਪਿੱਟ ਆਖਦੇ ਹਨ, ਅਤੇ ਮੁੰਡਾ ਟੋਆ ਪੱਟ ਰਿਹਾ ਹੈ। ਇਸ ਤਰ੍ਹਾਂ ਇਹ ਮਿਲ ਗਏ ਹਨ, ਮੈਚਿੰਗ ਹੋ ਗਈ ਹੈ। ਤਾਂ ਪਿਆਰੇ ਬੱਚੋ, ਅੱਗੇ ਅਸੀਂ ਦੇਖਦੇ ਹਾਂ ਕਿ ਇਹਨਾਂ ਵਿੱਚੋਂ ਤਸਵੀਰ ਅਨੁਸਾਰ ਸ਼ਬਦ ਚੁਣਨਾ ਹੈ। ਇਹ ਟਿੰਨ ਵੀ ਨਹੀਂ ਹੈ, ਇਹ ਬਿੰਨ ਵੀ ਨਹੀਂ ਹੈ, ਤਾਂ ਫਿਰ ਕੀ ਇਹ ਪਿੰਨ ਹੈ? ਤਾਂ ਉਹ ਅਸੀਂ ਗੋਲੇ ਲਗਾਉਂਦੇ ਹਾਂ। ਇਹ ਕੀ ਹੈ, ਅਸੀਂ ਦੇਖਦੇ ਹਾਂ, ਇਹ ਨਿਬ ਵੀ ਨਹੀਂ, ਇਹ ਬਿੱਗ ਵੀ ਨਹੀਂ, ਇਹ ਬਿੱਬ ਹੈ, ਤਾਂ ਬਿੱਬ 'ਤੇ ਗੋਲਾ ਲਗਾ ਦੇਵਾਂਗੇ। ਇਹ ਸਿਕਸ ਹੈ, ਇਹਨਾਂ ਵਿੱਚੋਂ ਮਿਕਸ ਫਿਕਸ 'ਤੇ ਸਿਕਸ ਆ ਰਿਹਾ, ਇਸ 'ਤੇ ਗੋਲਾ ਲਾਵਾਂਗੇ। ਇਹ ਲਿਡ ਹੈ, ਤਾਂ ਲਿਡ ਦੇ ਵਿੱਚ ਮਿਡ ਬਿਡ ਨਹੀਂ ਹੈ, ਤਾਂ ਇਹ ਲਿਡ ਹੈ। ਇਹ ਵਾਲਾ ਬਿੰਨ ਹੈ, ਇਹ ਪਿੰਨ ਜਾਂ ਟਿੰਨ ਨਹੀਂ ਹੈ। ਇਹ ਡਬਲਯੂ ਵਾਲੀ ਬਿੱਗ ਹੈ, ਬਿੱਗ ਮੈਨ ਟੋਪੀ ਹੁੰਦੀ ਹੈ ਵਾਲਾਂ ਦੀ, ਤਾਂ ਇਹ ਮਿਲ ਗਿਆ ਹੈ ਉਸ ਵਿੱਚ। ਤਾਂ ਪਿਆਰੇ ਵਿੱਚੋਂ ਅੱਗੇ ਦੇਖਦੇ ਹਾਂ ਅਸੀਂ ਤਿਤਲੀ ਨੂੰ, ਅਸੀਂ ਉਹਨਾਂ ਦੇ ਅਨੁਸਾਰ ਰੰਗ ਭਰਨੇ ਹਨ ਕਿ ਜਿੱਥੇ ਬਾਵਲ ਸਾਨੂੰ ਏ ਦਿਖਾਈ ਦਿੰਦਾ ਹੈ ਉੱਥੇ ਅਸੀਂ ਲਾਲ ਰੰਗ ਭਰਨਾ ਹੈ, ਅਤੇ ਜਿੱਥੇ ਈ ਦਿਖਾਈ ਦਿੰਦਾ ਹੈ ਉੱਥੇ ਅਸੀਂ ਪੀਲਾ ਰੰਗ ਭਰਨਾ ਹੈ, ਅਤੇ ਜਿੱਥੇ ਆਈ ਦਿਖਾਈ ਦਿੰਦਾ ਹੈ ਉੱਥੇ ਅਸੀਂ ਬਲੂ ਕਲਰ ਭਰਨਾ ਹੈ। ਹੁਣ ਅਸੀਂ ਏ ਵਾਲੇ ਥਾਂ ਲਾਲ ਭਰਨਾ ਹੈ, ਜਿਵੇਂ ਕਿ ਕਾਰ ਵਾਲਾ ਹੈਗਾ, ਕਾਰ ਏ ਲੱਗੀ ਹੋਈ ਆ, ਮੈਨ 'ਚ ਏ ਲੱਗੀ ਹੋਈ ਆ, ਅਤੇ ਰੈਡ ਵਿੱਚ ਏ ਲੱਗੀ ਹੋਈ ਆ। ਇਹ ਤਿੰਨੇ ਜਿਹੜੇ ਹਨ ਫੁੱਲ, ਇਹ ਲਾਲ ਰੰਗ ਦੇ ਹੋਣੇ ਚਾਹੀਦੇ ਹਨ, ਅਤੇ ਆਓ ਅਸੀਂ ਇਹਨਾਂ 'ਚ ਲਾਲ ਰੰਗ ਭਰਦੇ ਹਾਂ। ਤਾਂ ਤੁਸੀਂ ਕਰਨਾ ਹੈ, ਜਿੱਥੇ ਏ ਲੱਗੀ ਹੈ ਉੱਥੇ ਅਸੀਂ ਲਾਲ ਰੰਗ ਨਾਲ ਫਿਲ ਕਰਦੇ ਜਾਵਾਂਗੇ। ਇਸ ਤਰ੍ਹਾਂ ਕਾਰ ਵਾਲੇ ਨੂੰ ਅਸੀਂ ਲਾਲ ਰੰਗ ਨਾਲ ਫਿਲ ਕਰਾਂਗੇ, ਅਤੇ ਐਵੇਂ ਹੀ ਮੈਨ ਵਾਲੇ ਨੂੰ ਵੀ ਲਾਲ ਨਾਲ ਫਿਲ ਕਰਾਂਗੇ। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਜੋ ਈ ਵਾਲਾ ਕਲਰ ਹਨ, ਈ ਵਾਲੇ, ਜਿਵੇਂ ਕਿ ਮੈਟ ਪਹਿਲਾਂ ਲੱਭਾਂਗੇ, ਵੈਟ, ਲੈਗ, ਗੈਟ, ਇਹ ਚਾਰੋਂ ਫੁੱਲ ਅਸੀਂ ਈ ਵਾਲੇ ਹਨ, ਇਹ ਅਸੀਂ ਯੈਲੋ ਨਾਲ ਭਰਨੇ ਹਨ। ਤਾਂ ਯੈਲੋ ਕਲਰ ਅਸੀਂ ਲੈਂਦੇ ਹਾਂ, ਆਓ ਅਸੀਂ ਯੈਲੋ ਕਲਰ ਲਈਏ। ਤਾਂ ਜੀ ਈ ਵਾਲਾ ਅਸੀਂ ਯੈਲੋ ਕਲਰ ਭਰਨਾ ਹੈ, ਠੀਕ ਹੈ, ਤਾਂ ਇੱਥੇ ਯੈਲੋ ਕਲਰ ਫਿਲ ਕਰ ਦੇਣਾ ਹੈ। ਈ ਵਾਲੇ 'ਚ ਅਸੀਂ ਯੈਲੋ ਕਲਰ ਫਿਲ ਕਰਨਾ ਹੈ, ਅਸੀਂ ਈ ਵਾਲੇ ਵਿੱਚ ਯੈਲੋ ਕਲਰ ਫਿਲ ਕਰਦੇ ਜਾਵਾਂਗੇ। ਇਸ ਤਰ੍ਹਾਂ ਪਿਆਰੇ ਬੱਚੋ, ਤੁਸੀਂ ਇਹ ਈ ਵਾਲਿਆਂ ਨੂੰ ਜਿੰਨੇ ਵੀ ਹਨ ਉਹਨਾਂ ਦੇ ਵਿੱਚ ਪੀਲਾ ਕਲਰ ਫਿਲ ਕਰ ਦੇਣਾ ਹੈ। ਅਸੀਂ ਕਿਉਂਕਿ ਇੱਥੇ ਮੋਬਾਈਲ ਹੋਣ ਦੇ ਕਾਰਨ ਇੱਥੇ ਸਾਰੇ ਕਲਰ ਹੀ ਚੇਂਜ ਹੋ ਗਏ ਹਨ, ਇਸ ਕਰਕੇ ਤੁਸੀਂ ਆਪਣੇ ਆਪ ਕਾਪੀਆਂ ਦੇ ਕਰੋਗੇ ਪਿਛਲੇ ਕਲਰ ਚੇਂਜ ਨਹੀਂ ਹੋਣਗੇ। ਅਤੇ ਤੁਸੀਂ ਹੁਣ ਇੱਥੇ ਬਲੂ ਕਲਰ ਜਿਹੜੇ ਹਨ ਬਾਕੀ ਬੱਚਿਆਂ 'ਚ, ਆਈ ਵਾਲਿਆਂ 'ਚ ਬਲੂ ਕਲਰ ਭਰ ਦਿਓਗੇ। ਅਤੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਸਾਡਾ ਅਭਿਆਸ ਹੈ ਜੋ ਹੱਲ ਹੋ ਗਿਆ ਹੈ। ਅੱਗੇ ਬੱਚੋ, ਤੁਸੀਂ ਇਹਨਾਂ ਦੇ ਵਿੱਚ ਲੋੜ ਅਨੁਸਾਰ ਬਾਵਲ ਈ ਜਾਂ ਆਈ ਲਾਉਣਾ ਹੈ। ਆਪਾਂ ਨੂੰ ਪਤਾ ਹੈ ਇਹ ਲੈਗ ਹੈ, ਤਾਂ ਲੈਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਈ ਲੱਗਦਾ ਹੈ, ਤਾਂ ਈ ਲਾਉਣ ਲਈ ਅਸੀਂ ਨੀਲਾ ਅੱਖਰ ਚੁਣਦੇ ਹਾਂ, ਨੀਲੇ ਕਲਰ ਨਾਲ ਅਸੀਂ ਈ ਲਗਾਵਾਂਗੇ ਇੱਥੇ, ਜਿਵੇਂ ਕਿ ਲੈਗ ਦੇ ਵਿੱਚ ਈ ਲੱਗੇਗਾ। ਦੇਖੋ ਇੱਥੇ ਈ ਭਰ ਦੇਣਾ ਹੈ। ਇੱਥੇ ਆਪਣੇ ਕੋਲ ਟਿਪ ਹੈ, ਟਿਪ ਮੈਨੇ ਨੋਕ ਹੁੰਦੀ ਹੈ, ਇੱਥੇ ਅਸੀਂ ਆਈ ਲਗਾਵਾਂਗੇ। ਮੈਨ ਦੇ ਵਿੱਚ ਏ ਲੱਗਦਾ ਹੈ, ਉਂਝ ਮੈਨ ਬਹੁਤੇ ਨੇ, ਤਾਂ ਇੱਥੇ ਈ ਲੱਗੂਗਾ, ਮੈਨ। ਹਾਂਜੀ, ਵਿਨ ਮੈਨੇ ਜਿੱਤਣਾ ਹੁੰਦਾ ਹੈ, ਤਾਂ ਇੱਥੇ ਇਹ ਮੁੰਡਾ ਜਿੱਤ ਗਿਆ ਹੈ, ਇਨਾਮ ਦੇ ਹੱਥ ਵਿੱਚ ਹੈ, ਇਸ ਕਰਕੇ ਇੱਥੇ ਆਈ ਭਰਾਂਗੇ ਅਸੀਂ।
बिब बिब बच्चे गल च पाला हुंदा है तां कि उसदा साफ रहे तां इत्थे आई लगेगी। डिग डिग मने पुटना हुंदा है इत्थे आई लगेगी। जिप जिप मने जीन हुंदी है। हिट हिट मने निशाना लाउणा हुंदा है हिट कर रहा है। इस तरीके तुसीं ये पेज भी मैनू फिल करके भेजना है। तुहाडा सभना दा बहुत बहुत धन्नवाद। तां प्यारे बच्चों अज दे लई इन्ना ही।